ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਜੇਐਸ ਸੋਹੀ ਬਲੌਗਸ ਤੇ ਅੱਜ ਆਪਾਂ ਗੱਲ ਕਰਾਂਗੇ ਕਈ ਮੇਰੇ ਕਿਸਾਨ ਵੀਰ ਪੁੱਛਦੇ ਆ ਬਹੁਤ ਸਾਰੇ ਇਹਦੇ ਕਮੈਂਟ ਆਉਂਦੇ ਆ ਤੇ ਕਈ ਫੋਨ ਕਰਕੇ ਪੁੱਛਦੇ ਆ ਵੀ ਸਾਡਾ ਝੋਨਾ ਜਿਹੜਾ 20 ਤੋਂ 30% ਨਿਸਰ ਗਿਆ 50% ਨਿਸਰ ਗਿਆ ਵੀ ਕੀ ਹੁਣ ਅਸੀਂ ਸਪਰੇਅ ਕਰ ਸਕਦੇ ਆ ਪਹਿਲਾਂ ਅਸੀਂ ਸਪਰੇਅ ਨਹੀਂ ਕੀਤੀ ਤੇ ਯਾਰ ਤੁਹਾਨੂੰ ਮੈਂ ਦੱਸਦਾ ਠੀਕ ਹੈ ਉਹ ਕਹਿੰਦੇ ਨੇ ਵੀ ਸਾਡੇ ਖੇਤ ਦੇ ਵਿੱਚ ਬਿਮਾਰੀ ਆ ਚੁੱਕੀ ਆ ਤਾਂ ਇਹ ਜੇ ਯਾਰ ਤੁਸੀਂ ਨਿਸਰੇ ਹੋਏ ਝੋਨੇ ਤੇ ਜਦੋਂ ਕੀ ਫਲਾਵਰਿੰਗ ਸਟੇਜ ਹੁੰਦੀ ਆ ਜੇ ਉਦੋਂ ਸਪਰੇਅ ਕਰੋਗੇ ਤਾਂ ਉਹਦਾ ਨਤੀਜਾ ਆ ਹੋਊਗਾ ਦਾਣੇ ਜਿਹੜੇ ਕੀ ਦਾਗੀ ਹੋ ਜਾਣਗੇ ਦੇਖ ਸਕਦੇ ਹੋ ਤੁਸੀਂ ਠੀਕ ਹੈ ਉਸ ਟਾਈਮੇ ਜਦੋਂ ਉਹ ਫਲਾਵਰਿੰਗ ਸਟੇਜ ਹੋ ਰਹੀ ਆ ਚੱਲ ਰਹੀ ਆ ਜੇ ਉਸ ਸਮੇਂ ਤੁਸੀਂ ਸਪਰੇਅ ਕਰਦੇ ਹੋ ਜਦੋਂ ਝੋਨਾ ਨਿਸਰ ਗਿਆ ਹੁੰਦਾ ਠੀਕ ਹੈ ਹਜੇ ਨਿਸਾਰਾ ਲੈ ਰਿਹਾ ਹੁੰਦਾ ਜੇ ਤੁਸੀਂ ਉਸ ਸਮੇਂ ਸਪਰੇਅ ਕਰਦੇ ਹੋ ਤਾਂ ਉਸ ਤੋਂ ਵੱਧ ਸਪਰੇਅ ਨੁਕਸਾਨ ਕਰੂਗੀ ਤੁਹਾਡੇ ਦਾਣੇ ਨਾਲ ਗਵਾਂਡੀਆਂ ਦਾ ਖੇਤ ਆ ਕਲੀਅਰ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਕੀ ਆ ਜਦੋਂ ਕੀ ਝੋਨਾ ਨਿਸਰ ਗਿਆ ਉਦੋਂ ਸਪਰੇਅ ਕੀਤੀ ਤੁਸੀਂ ਦੇਖ ਸਕਦੇ ਹੋ ਬੂਟੇ ਸਾਰੇ ਹੀ ਤਕਰੀਬਨ ਸਾਰੇ ਦਾਗੀ ਹੋ ਚੁੱਕੇ ਨੇ ਦੇਖ ਲੋ ਸਾਰੇ ਦਾਗ ਹੀ ਹੋ ਚੁੱਕੇ ਨੇ ਠੀਕ ਐ ਟਚੋਂ ਨੇ ਦੇ ਉੱਪਰ ਜਦੋਂ ਫਲਾਵਰਿੰਗ ਸਟੇਜ ਸਟਾਰਟ ਹੋ ਜਾਂਦੀ ਆ ਤਾਂ ਆ ਨੁਕਸਾਨ ਨੇ ਕਿਸਾਨ ਵੀਰੋ ਸੋਨੂੰ ਦੇਖ ਲਾਈਵ ਪ੍ਰੂਫ ਦਿਖਾਇਆ ਠੀਕ ਐ ਦੂਜੇ ਨੰਬਰ ਤੇ ਤੁਸੀਂ ਆ ਚੋਨਾ ਮੇਰਾ ਦੇਖ ਸਕਦੇ ਹੋ ਇਧਰ ਦਿਖਾ ਦੇ ਇਹ ਹੈਗਾ 50% ਘਟੂ ਘਟ ਨਿਸਰ 50 ਕੀ ਪੂਰਾ ਦਾ ਪੂਰਾ ਨਿਸਰ ਚੁੱਕਿਆ ਠੀਕ ਐ ਇਹਦੇ ਉੱਪਰ ਸਪਰੇਅ ਗੋਭ ਦੇ ਸਮੇਂ ਹੀ ਕੀਤੀ ਗਈ ਆ ਗੋਭ ਦੇ ਸਮੇਂ ਫੰਗੀਸਾਈਡ ਬੋਰਨ ਤੇ 13045 ਤੁਸੀਂ ਨਾਲੇ ਯਾਰੋ ਫਸਲ ਦੇਖ ਸਕਦੇ ਹੋ ਉਹ ਹੈਗੇ ਗੋਭ ਦੇ ਵਿੱਚ ਉਦੇ ਉੱਪਰ ਵੀ ਕੱਲ੍ਹ ਸ਼ਾਮ ਨੂੰ ਸਪਰੇਅ ਕਰ ਦਿੱਤੀ ਗਈ ਆ ਤਾਂ ਕਿ ਜਿਹੜੀਆਂ ਕਿ ਜਦੋਂ ਕਿ ਪੈਨਿਕਲਾਈਜ਼ੇਸ਼ਨ ਸਟੇਜ ਆ ਗਈ ਜਾਂ ਫਲਾਵਰਿੰਗ ਸਟੇਜ ਆ ਗਈ ਮਿਲਕ ਸਟੇਜ ਆ ਗਈ ਉਦੋਂ ਤੱਕ ਉਹ ਝੋਨਾ ਨੂੰ ਕੋਈ ਬਿਮਾਰੀ ਨਾ ਲੱਗੇ ਠੀਕ ਹੈ ਉਦੋਂ ਤੱਕ ਇਹਦੇ ਉੱਪਰ ਸਾਰੀ ਸਪਰੇਅ ਕਰ ਦਿੱਤੀ ਗਿਆ ਤਾਂ ਮੇਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਚਲੋ ਯਾਰ ਬਹੁਤ ਜ਼ਿਆਦਾ ਜ਼ਰੂਰਤ ਹੈ ਤੁਹਾਨੂੰ ਸਪਰੇਅ ਕਰਨ ਦੀ ਤਾਂ ਤੁਹਾਡਾ ਸਪਰੇਅ ਕਰਨ ਦਾ ਸਮਾਂ ਹੈਗਾ ਸਵੇਰੇ ਨਹੀਂ ਹੈਗਾ ਵੀਰੇ ਸਵੇਰੇ ਫਲਾਵਰਿੰਗ ਸਟੇਜ ਆ ਪੂਰੀ ਪੀਕ ਤੇ ਹੁੰਦੀ ਆ ਤਾਂ ਤੁਸੀਂ 2 ਵਜੇ ਤੋਂ ਬਾਅਦ ਸਪਰੇਅ ਕਰੋ ਜੇ ਬਹੁਤ ਜ਼ਿਆਦਾ ਜ਼ਰੂਰਤ ਹੈ ਤੁਹਾਡੀ ਫਸਲ ਉੱਪਰ ਫੰਗੀ ਛੜ ਬਹੁ ਤਾਂ ਤੁਸੀਂ ਸਪਰੇਅ ਕਰੋ ਠੀਕ ਹੈ ਜੇ ਜ਼ਰੂਰਤ ਹੈ ਬਿਨਾਂ ਜ਼ਰੂਰਤ ਤਾਂ ਹੁਣ ਯਾਰ ਜਦੋਂ ਇਹ ਸਾਰਾ ਚੱਲ ਪਿਆ ਤਾਂ ਤੁਸੀਂ ਸਪਰੇਅ ਨਾ ਕਰੋ ਸਪਰੇਅ ਕਰਨ ਦਾ ਹੁਣ ਕਦੋਂ ਟਾਈਮ ਆ ਜਦੋਂ ਮਿਲਕ ਸਟੇਜ ਤੋਂ 5-7 ਦਿਨ ਬਾਅਦ ਜਦੋਂ ਜਿਹੜਾ ਦੁੱਧਿਆ ਦਾਣਾ ਹੋ ਪੱਕ ਗਿਆ ਮਤਲਬ ਕਿ ਕੈੜਾ ਹੋ ਗਿਆ ਤੁਸੀਂ ਉਦੋਂ ਸਪਰੇਅ ਕਰ ਸਕਦੇ ਹੋ ਉਦੋਂ ਤੁਸੀਂ ਫੰਗੀ ਛਾੜ ਦੀ ਕਰ ਸਕਦੇ ਹੋ ਪਰ ਪਰ ਉਹਦਾ ਕੋਈ ਫਾਇਦਾ ਨਹੀਂ ਹੋਣਾ ਠੀਕ ਹੈ ਕਿਉਂਕਿ ਝੋਨਾ ਤਾਂ ਨਸਾਰਾ ਪੂਰਾ ਕਰ ਚੁੱਕਿਆ ਆਪਣਾ ਠੀਕ ਹੈ ਉਹ ਨਾ ਉਹਨੇ ਝਾੜ ਬਣਾਉਣਾਗਾ ਹੁਣ ਉਸ ਟਾਈਮ ਠੀਕ ਹੈ ਨਾ ਹੀ ਉਹਨੇ ਦਾਣੇ ਕੀ ਚਮਕਦਾਰ ਕਰਨੇ ਨੇ ਉਹ ਵੀ ਇੱਕ ਫालतू ਖਰਚਾ ਉਸ ਟਾਈਮ ਤੁਸੀਂ ਕੀ ਕਰ ਸਕਦੇ ਹੋ ਜੇ ਤੁਹਾਡੇ ਖੇਤ ਦੇ ਵਿੱਚ ਤੇਲਾ ਹੈਗਾ ਤਾਂ ਤੁਸੀਂ ਉਸ ਟਾਈਮ ਤੇ ਸਪਰੇਅ ਕਰ ਸਕਦੇ ਹੋ ਇਸ ਟਾਈਮ ਯਾਰ ਫਲਾਵਨਿਕ ਸਟੇਜ ਤੇ 20 30% ਜਦੋਂ ਝੋਨਾ ਨਿਸਰ ਗਿਆ ਤੁਹਾਡਾ ਤਾਂ ਤੁਸੀਂ ਸਪਰੇਅ ਬਿਲਕੁਲ ਨਹੀਂ ਕਰ ਸਕਦੇ ਕਰਨੀਆਂ ਜਦੋਂ ਮਜਬੂਰੀ ਹੈ ਤੁਹਾਡੀ ਕਰ ਸਕਦੇ ਹੋ ਖੋਸੋ ਕੇ ਕਰ ਸਕਦੇ ਹੋ ਤੇ ਦੂਜਾ ਕਈ ਕਿਸਾਨ ਵੀਰ ਕਮੈਂਟ ਕਰਦੇ ਨੇ ਠੀਕ ਹੈ ਵੀ ਤੁਸੀਂ ਗੋਵਾਲੀ ਸੁੰਡੀ ਤੇ ਪੱਤਲ ਭੇੜ ਦੀ ਸਪਰੇਅ ਨਹੀਂ ਕੀਤੀ ਅਸੀਂ ਤਾਂ ਕਰਾਂਗੇ ਯਾਰ ਉਹਨਾਂ ਨੂੰ ਵੇਣ ਤੇ ਆ ਵੇਚ ਸਕ ਕਰੋ ਤੁਹਾਡਾ ਝੋਨਾ ਤੁਹਾਡੇ ਪੈਸੇ ਜਿੰਨੀਆਂ ਮਰਜ਼ੀ ਛਪਰੇ ਕਰ ਦੋ ਸਾਡੀ ਮੇਰੀ ਵੀਡੀਓ ਬਣਾਉਣ ਦਾ ਮਕਸਦ ਤਾਂ ਇਹ ਹੀ ਆ ਵੀ 100 ਦੇ ਵਿੱਚੋਂ ਜੇ ਕੋਈ ਦੋ ਬੰਦੇ ਵੀ ਠੀਕ ਹੈ ਮੈਨੂੰ ਫੋਲੋ ਕਰਕੇ ਆਪਣਾ ਖਰਚਾ ਬਚਾਉਣਗੇ ਤਾਂ ਯਾਰ ਮੈਂ ਮੈਨੂੰ ਸੰਤੁਸ਼ਟੀ ਆ ਠੀਕ ਹੈ ਮੈਂ ਇਹੇ ਕਰਕੇ ਇਹ YouTube ਚੈਨਲ ਬਣਾਇਆ ਵੀ ਲੋਕਾਂ ਦੀ ਬਚਤ ਹੋ ਸਕੇ ਜਿਹੜੇ ਕੁਝ ਕਿਸਾਨ ਜਾਂ 100 ਦੇ ਵਿੱਚੋਂ ਜੇ ਮੇਰੀ ਦੋ ਗੱਲ ਵੀ ਸੁਣਦੇ ਨਾ ਤਾਂ ਵੀ ਮੈਨੂੰ ਸੰਤੁਸ਼ਟੀ ਆ ਸੋ ਯਾਰ ਅਗਲੀ ਵੀਡੀਓ ਲੈ ਕੇ ਤੁਹਾਡੇ ਲਈ ਫੇਰ ਮਿਲਾਂਗੇ ਸੋ ਮਿਲਦੇ ਆ ਨੈਕਸਟ ਵੀਡੀਓ ਚ